सत श्री अकाल जी सारिआं नूं, स्वागत करदे हां तुहाडा अज दे नवें ब्लॉग दे विच। सो अज दी ब्लॉग दी करती आपां स्टार्टिंग, आपां चलिए अज पिंड एक दो काम ने उह नबेड़ के फिर आपां चलांगे अपने खेत, उत्थे कंबाइन लगनी है, अज कणक वढ़नी है आपां। तुहानूं वी सारा दृश्य है जिहड़ा नाल नाल दिखावांगे, ते चलदे ब्लॉग नूं लाइक कमेंट शेयर कर दो, चैनल नूं कर दो सबसक्राइब। सो वधदे हां अज दे ब्लॉग दे वल। ਜਾਂਦੀ ਤਾਲੀ ਮੁਕਤੇ ਪੰਜ ਤਰ ਸਬਕ ਗੁਜ਼ਾਰੇ ਨੱਥੀਆਂ ਤੱਪੀਆਂ ਜੱਪੀਆਂ ਅੱਜ ਦਾ ਨਾਮ ਜਪਿਆ ਵੰਡ ਛਕਿਆ ਦੇਵ ਤਲਾਈ। ਇੱਧਰ ਗੁਰੂ ਘਰ ਦੀ ਸੇਵਾ ਵੀ ਚੱਲੀ ਜਾਂਦੀ ਹੈ, ਔਰ ਦੇਖ ਲਓ ਠੀਕ ਹੈ। ਹਜੇ ਤਾਂ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਹੋਣੀ ਕੋਈ, ਹਜੇ ਤਾਂ ਮੈਨੂੰ ਵੀ ਕੋਈ ਸਮਝ ਨਹੀਂ ਆਉਂਦੀ। ਜਦੋਂ ਬਣ ਗਿਆ ਫਿਰ ਉਦੋਂ ਤੁਹਾਨੂੰ ਦਿਖਾਵਾਂਗੇ। ਅਤੇ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਤੋਂ ਸੇਵਾ ਚੱਲ ਰਹੀ ਹੈ ਇਹ। ਥੋੜ੍ਹਾ ਟਾਈਮ ਨਾ ਖਰਾਬ ਕਰਦੇ, ਹੁਣ ਆਪਾਂ ਚੱਲਦੇ ਹਾਂ ਪਿੰਡ, ਉੱਥੇ ਵੀ ਕਈ ਕੰਮ ਨੇ, ਉੱਥੇ ਜਾ ਕੇ ਮਿਲਦੇ ਹਾਂ। ਚਲੋ ਹੁਣ ਆਪਾਂ ਚੱਲਦੇ ਹਾਂ ਪਿੰਡ। ਇੱਕ ਗੱਲ ਹੋਰ ਦੱਸ ਦਈ ਤੁਹਾਨੂੰ, ਗੁਰੂ ਨਾਨਕ ਕਾਲਜ ਜਿਹੜਾ ਪੁਲ ਥੱਲੇ ਨਾਕਾ ਲੱਗਿਆ ਹੋਇਆ ਹੈ, ਜਿਹੜੇ ਤਿੰਨ ਤਿੰਨ ਜਣੇ ਬਹਿ ਕੇ ਆਉਂਦੇ ਨੇ ਉਸ ਨੂੰ ਨਾ ਆਉਣ। ਆਪਾਂ ਤਾਂ ਆ ਗਏ ਸੀਗੇ, ਆਪਾਂ ਨੂੰ ਤਾਂ ਕੁਛ ਨਹੀਂ ਕਿਹਾ ਉਹਨਾਂ ਨੇ। ਜਿਹੜੇ ਬਾਹਲੀ ਫੁਕਰੀ ਮਾਰ ਦਿੰਦੇ ਨੇ, ਬਾਹਲੀ ਬਣ ਜਾਂਦੇ ਨੇ, ਅਸੀਂ ਐਂ ਕਰਦੇ ਹਾਂ ਕਿ ਉਹਨਾਂ ਨੂੰ ਰੋਕੀ ਜਾਂਦੇ ਨੇ। ਸੋ ਆਪਦਾ ਮੜਿਆ ਧਿਆਨ ਨਾਲ ਆਇਓ। ਪਿੰਡ ਆਪਾਂ ਪਹੁੰਚ ਗਏ ਹਾਂ ਜੀ, ਫਿਰਨੀ ਤੋਂ ਐਂਟਰ ਹੋ ਗਏ ਹਾਂ। ਆ ਪਿੰਡ ਦੀਆਂ ਤੁਹਾਨੂੰ ਦੇਖਣ ਲੱਗ ਗਈ ਹੈਗੀਆਂ ਹੋਣਗੀਆਂ ਕੋਠੀਆਂ, ਇਹ ਬਾਰ ਬਾਰ ਪਈਆਂ ਹੋਈਆਂ ਆਪਣੇ। ਅਤੇ ਆਪਣਾ ਜੇ ਪਿੰਡ ਆਪਣਾ ਰਸਤੇ ਖੜਿਆਉਣਾ ਹੋਵੇ ਕਿਸੇ ਨੇ, ਜੇ ਤਾਂ ਬੁਲਾਡੇ ਜਾਣਾ ਹੋਵੇ, ਬੁਲਾਡੇ ਤੋਂ ਬੱਛੋਣਾ, ਬੱਛੋਣ ਤੋਂ ਦੋਦੜਾ, ਦੋਦੜੇ ਤੋਂ ਰਸਤਾ ਖੜਾ, ਉਹ ਦੋ ਤਿੰਨ ਪਿੰਡ ਵਿੱਚ ਆਉਂਦੇ ਨੇ, 15 ਕਿਲੋਮੀਟਰ ਹੈ। ਅਤੇ ਹੁਣ ਆਪਾਂ ਸਿੱਧਾ ਚੱਲਾਂਗੇ ਪਹਿਲਾਂ ਮਾਮੇ ਘਰ, ਉੱਥੇ ਜਾ ਕੇ ਦੇਖਦੇ ਹਾਂ ਕੀ ਕਰਦੇ ਨੇ। ਅਤੇ ਪਿੰਡ ਦਾ ਹੁਣ ਤਾਂ ਵਧੀਆ ਵਿਕਾਸ ਹੋ ਗਿਆ, ਗਲੀਆਂ ਗਲੀਆਂ ਸੜਕਾਂ ਵਧੀਆ ਬਣੀਆਂ ਹੋਈਆਂ ਨੇ ਸਾਰੀਆਂ। ਅਤੇ ਆਹ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਆ ਗਿਆ ਜੀ, ਤਾਂ ਇੱਥੋਂ ਨਾਲ ਹੀ ਗਲੀ ਮੁੜ ਕੇ ਆਪਾਂ ਚੱਲਦੇ ਹਾਂ ਮਾਮੇ ਘਰ, ਦੇਖਦੇ ਹਾਂ ਕੀ ਕਰਦੇ ਨੇ ਕੀ ਨਹੀਂ। ਫਿਰ ਇੱਕ ਦੋ ਕੰਮ ਨੇ ਆਪਾਂ ਨੂੰ, ਸਾਈਨ ਵਗੈਰਾ ਕਰਾ ਕੇ ਸਰਪੰਚ ਤੋਂ ਫਾਰਮ ਆਏ ਹਾਂ, ਅਤੇ ਉਸ 'ਚ ਜਮ੍ਹਾਂ ਕਰਾਉਣੇ ਆ, ਉਹ ਕਰਾ ਕੇ ਫਿਰ ਆਪਾਂ ਚੱਲਾਂਗੇ ਸਿੱਧਾ ਖੇਤ। ਸ਼ੁਕਰ ਹੈ ਜੀ, ਸ਼ੁਕਰ ਹੈ ਜੀ, ਆਹ ਗਲੀ ਵੀ ਬਣ ਗਈ ਹੈ, ਇਹ ਤਾਂ ਗੰਦ ਹੀ ਪਿਆ ਰਹਿੰਦਾ ਸੀ, ਨਹੀਂ ਤਾਂ ਮਾਮੇ ਨੇ ਕਿਰਪੈਨ ਬਾਹਰ ਕੱਢੀ ਗਈ ਤੇਰੇ ਸਦਕੇ ਤੇਰੇ ਤੇਰੇ। ਬਲੌਗਰ ਪਹੁੰਚ ਚੁੱਕੇ ਨੇ ਪਿੰਡ, ਆਹ ਕੀਤੀ ਮਾਮਾ ਓਏ, ਹੈਂ ਬਣਾ ਰਹੇ ਨੇ ਜੀ, ਆਪਾਂ ਵਲੋਗ ਕਰ ਰਹੇ ਹਾਂ ਜੀ, ਆਈਫੋਨ ਦੀ ਤਿਆਰੀ ਹੋ ਰਹੀ ਹੈ, ਏਜੰਸੀ ਵਿੱਚੋਂ ਕਢਾਵਾਂਗੇ ਜੀ ਆਈਫੋਨ ਦੀ, ਏਜੰਸੀ ਚੋਂ ਹਾਂਜੀ, ਕਿਰਪੈਨ ਖੜੀ ਉਹ ਖੜ ਜਾ ਖੜੇ ਕਰੀਏ ਜੀ, ਖੜੇ ਕੜੀਏ 36 ਦੀ ਲੈਣ ਦੀ ਸਲਾਹਾਂ ਹੋ ਰਹੀਆਂ ਨੇ ਜੀ, ਖੜੇ ਕੀ ਹੈ ਕਿਰਪੈਨ ਜੀ, 36 ਦੀ ਲੈਣ ਦੀ ਸਲਾਹ ਹੋ ਰਹੀ ਹੈ ਏਜੰਸੀ ਵਿੱਚੋਂ, ਇਹ ਬਣ ਗਈ ਗੱਲ, ਆਹ ਨਾ ਸੁਣਿਆ ਕਿਸੇ ਨੇ ਅਵਤਾਰ, ਕਰਤਾਰ ਤਾਂ ਸੁਣਿਆ ਹੋਊਗਾ, ਗੱਲਬਾਤ ਕਰਦੇ ਆ ਮੁੰਡੇ ਨਾਲ, ਕਰ ਗੱਲਬਾਤ ਕਰ ਇਹਨਾਂ ਨਾਲ, ਕਰ ਲੈ, ਇਸਕੋ ਜਾਣਤੇ ਹੋ ਰੇ ਬਾਬਾ, ਜਾਣਤੇ ਹੋ ਉਸਕੋ ਜਾਣਤੇ ਹੋ,
इसको जानते हो क्या? इसने YouTube पर चैनल खोला, फोन लिया, उसको सब्सक्राइब करो। ਟਰਾਲਾ ਕੋਠੇ ਤੇ ਟਰਾਲਾ ਕੋਠੇ ਤੇ ਪਿਆ। ਲਓ ਜੀ ਕਿਰਪੈਣ ਜੀ ਅਰਦਾਸ ਕਰਾਉਣਾ ਹੈ ਬਾਬੇ। ਭਾਈ ਦਇਆ ਸਿੰਘ, ਧਰਮ ਸਿੰਘ, ਸਿੰਘ ਸਿੰਘ, ਸਹਿਰ ਸਿੰਘ ਜੀ, ਭਗਤ ਸਿੰਘ, ਜਸ ਸਿੰਘ, ਕਾਮਨ ਸ਼ਹੀਦ, ਬਾਬਾ ਦੀਪ ਸਿੰਘ, ਬਾਬਾ ਨਾਮ ਸਿੰਘ, ਲੋਕ ਸਰਦਾਰ ਦੱਸਿਆ ਗੜ ਸਿੰਘ, ਦਿਆਲ ਸਿੰਘ, ਵੀਰ ਸਿੰਘ, ਚਾਲੀ ਮਿੰਟ ਹੱਟੀਆਂ ਚੁੱਕੇ ਪੱਜੇ ਜਨਾ ਗਰਮ ਨਾਮ ਜਪਿਆ, ਵੰਡ ਗਏ ਛਕਿਆ, ਦੇਹ ਚਲਾਈ ਤੇ ਛਿਆਨਵੇਂ ਕਰੋੜੀ ਜਾਂ ਦਸਕਰ ਵੱਡਾ ਦੌੜਾ, ਸਰਬਾ ਸ਼ਹੀਦਾਂ ਮਹਾਂਪੁਰਸ਼ਾਂ ਨੇ ਕਮਾਈ ਦਾ ਧਿਆਨ ਕਰਕੇ ਖਾਸ ਧਰਮ ਦੀ ਦਸਾਂ ਦੀ ਕਿਰਤ ਕਮੀ ਕਰਨਾ ਅਤੇ ਬਲ ਬਖਸ਼ੋ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁੰਦਰ ਜੀ ਅਤੇ ਮੇਰੇ ਪ੍ਰਜਾ ਸੁਖਣਾ ਮਹਾਰਾਜ, ਸੁੱਖ ਸੰਦਰੀ ਬਖਸ਼ਣੀ ਮਹਾਰਾਜ, ਸੁੱਧ ਸੰਦ ਦਾ ਬਲ ਬਖਸ਼ਣਾ ਮਹਾਰਾਜ, ਪਛਤਾ ਬੋਣੀਆਂ ਜੀ ਮਹਾਰਾਜ, ਸੰਗਸਾਦਾ ਕਰਨੀ ਮਹਾਰਾਜ, ਦਰਸ਼ਨੀ ਬੇਟਾ ਹਾਜ਼ਰ ਦੇ ਦਰ ਪ੍ਰਵਾਨ ਕਰਨੀ, ਪ੍ਰਸ਼ਾਦ ਹਾਜ਼ਰ ਦੇ ਦਰ ਪ੍ਰਵਾਨ ਕਰਨੀ, ਆਗਿਆ ਦੇਣੀ ਮਹਾਰਾਜ ਸੱਚੇ ਪਾਤਸ਼ਾਹ, ਮੇਰ ਪ੍ਰਜਾ ਸੱਚੇ ਮਹਾਰਾਜ, ਸੁੰਦਰ ਜੀ ਸੁੱਧ ਸੰਦ ਦਾ ਬਲ ਬਖਸ਼ਣਾ, ਨੰਦ ਰਾਮ ਚੜ੍ਹਦੀ ਕਲਾ। ਵਾਹਿਗੁਰੂ ਸੱਚਿਆ ਪਾਤਸ਼ਾਹ, ਸੀਜ਼ਨ ਵਧੀਆ ਲੱਗ ਜੇ, ਲੋਕਾਂ ਦੀਆਂ ਕਣਕਾਂ ਵੀ ਵਧੀਆ ਨਿਕਲੀਆਂ, ਕਰੀ ਮਿਹਰ। ਕਿਵੇਂ ਲੋਕ ਆਇਆ ਫਿਰ ਨਾ, ਕਿਤੇ ਨਹੀਂ ਤੇ ਲੂਹ ਲੱਗਦੀ ਤੈਨੂੰ, ਬੰਦ ਕਰ ਲੈ। ਲਿਆਂਦੀਆਂ ਨੇ ਲੱਭ ਕੇ ਮੈਂ, ਜੋ ਮਿਲਦੀਆਂ ਨਹੀਂ ਸੀਗੀਆਂ। ਕਿਰਪੈਣ ਆਪਣੀ ਚੱਲੀ ਜਾਂਦੀ ਹੈ ਜੀ, ਆਹ ਮੁੰਡੇ ਤਾਂ ਵਾਹ ਫਸੇ ਨਹੀਂ। ਉਹ ਠੀਕ ਹੈ, ਢੱਡਰੀ ਨੇ ਗੱਲ ਸੁਣਾਵਾਂ ਤੈਨੂੰ, ਅਸੀਂ ਪਰਸੋਂ ਗਏ ਢੱਡਰੀਆਂ, ਰਾਤ ਨੂੰ ਇਹਦੇ ਆਵਾਜ਼ ਦਵਾ ਦਿੱਤੀ ਕਿਸੇ ਨੇ ਵੀ ਅੱਗ ਲੱਗ ਗਈ, ਹਾਂ ਸਾਰਾ ਪਿੰਡ ਇਕੱਠਾ ਹੋ ਕੇ ਆ ਗਿਆ, ਜਿਹੜਾ ਜਿਹਨੇ ਆਵਾਜ਼ ਦਵਾਈ ਸੀ ਉੱਥੇ ਖੜਾ ਸੀ, ਕਿਹੜੇ ਨੇ ਕੱਢਣ ਲੱਗ ਗਈ ਗਾਲਾ ਉਹਨੂੰ, ਸਾਲਿਆ ਵੀ ਕੰਮ ਦਾ ਟਾਈਮ ਹੈ। ਉੱਥੇ ਬਾਜ ਦਵਾ ਦੀ ਅੱਗ ਤਾਂ ਥੋੜੀ ਲੱਗੀ ਹੋਣੀ ਪਾਣੀ ਪੀਣਾ, ਕਹਿੰਦੇ ਵੀ ਸਾਰਾ ਬਾਬੇ ਨੇ ਬਾਜ ਦੇ ਦੀ, ਵੱਧ ਵੀ ਲੱਗ ਸਕਦੀ, ਵੱਧ ਲੱਗ ਸਕਦੀ, ਕਿਹੜੇ ਪਾਸੇ ਰਹਿ ਗਈ ਨੁਕਸਾਨ ਬਹੁਤ ਹੋਇਆ ਕਰਦਿਆਂ ਵਲੌਗ ਚੈਟ ਵੀਡੀਓ ਹੈ ਹੋਈ। ਠੀਕ ਹੈ, ਕਣਕ ਸਿੱਟਣ ਤੇ ਆਪਣੇ ਇੱਧਰ ਪਹਿਲਾਂ ਥੋੜ੍ਹਾ ਜ਼ਿਆਦਾ ਨੁਕਸਾਨ ਹੋ ਗਿਆ ਸੀ ਕਣਕ ਦਾ, ਗੜੇ ਮਾਰੀ, ਇੱਕ ਇੱਕ ਫੁੱਟ ਬਰਫ਼ ਚੜ ਗਈ ਦੇਖੋ ਜੀ, ਢੇਰ ਬਰਫ਼ ਦੇ ਦੇਖੋ ਇੱਧਰ, ਇਹ ਪਿੰਡ ਡਸਕ ਹੈ। ਹਾਂਜੀ, ਇਹ ਕਿੰਨੇ ਸਾਲਾਂ ਬਾਅਦ ਪਏ ਨੇ ਜੀ? 70 ਸਾਲਾਂ 'ਚ ਪਹਿਲੀ ਵਾਰ ਬਰਫ਼ ਦੇਖੀ ਹੈ ਇੰਨੀ ਡਿੱਗੀ, ਦੇਖੋ ਕਣਕਾਂ ਦੇ ਵਿੱਚ ਪਾਣੀ, ਉਹ ਹੋ ਗਈ ਸਾਡੇ ਤਾਂ 40-45 ਕਿੰਨੀ ਨਿਕਲੀ, ਤੁਸੀਂ ਕਮੈਂਟ ਕਰਕੇ ਦੱਸੋ ਤੁਹਾਡੇ ਵੱਲ ਕਿੰਨੀ ਕਿੰਨੀ ਨਿਕਲੀ ਹੈ। ਸੋ
मंडी च अपनी कृपैन चली जाती है जाके मिल दिया हम तो मंडी पहुंच गए जी। मंडी तो इस टाइम पूरी फुल है, पत्थर पाल ना लेके आए थे। जे अपन कई बार कच्चे कुच्चे चलानी पैंदी तो इन बिछा के ला देंगे अपन, कम जोर आते हैं पूरा। पिछली बारी तो अपनी कट गई की, देखो की बनता फिर। फोन कर दिया लाड़े को, आप ही लवा दूंगा। की कहते ने है कितने लाइए, तीन क चार साढ़े नुकसान ही वाहवा करके ना। डसके 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 की है डसके अपने तो गड़े देख किन्ने पे ने भाई, देखी वीडियो तो। हाँ उत्थे बहुत ज़्यादा हुई है, सानू पता ही गड़े मारी बहुत हुई है भाई। सानू पता ही कच्चे चलानी पेगी, तरपाल लिया है असीं नाल। होर नुकसान बड़ा हो गया साढ़े यार पहला। सारी सैट आजू है, सारी कणक आजूगी अपनी। हां बस दो होर हो जाएगी ना, दो होर हो जाएगी। चल हाँ तीन तीन आ जाएगी, तीन तो बहुत ने। तीन तो हो जाएगी ਦਾ ਕੋਈ ਜ਼ਿਕਰ ਨਹੀਂ ਹੋ ਰਿਹਾ ਹੈ। ਹਾਂ ਹਾਂ ਇੱਥੇ ਅਸੀਂ ਤਿੰਨ ਦਿਨ ਹੋ ਗਏ। ਅੱਛਾ ਸਾਨੂੰ ਮਤਲਬ ਅੰਨ ਪਾਣੀ ਖਾਣਿਆ ਜਿਹੜਾ ਉਹ ਵੀ ਸਾਨੂੰ ਕੰਮ ਨਹੀਂ ਮਿਲ ਰਿਹਾ, ਬਸ ਪੈਰੇ ਉੱਪਰ। ਅੱਛਾ ਉੱਪਰ ਖਰਚਾ ਪਈ ਜਾਂਦਾ ਗਾ। ਕਿਦਾ ਔਖਾ ਫਿਰ ਹੋਰ ਭਰਾ, ਤੁਹਾਡੇ ਨੇ ਇੱਥੇ ਲੀਡਰ ਲੂਡਰ ਆਏ ਨੇ ਕੋਈ? ਬਾਈ ਕੋਈ ਨਹੀਂ ਸੁਣਦਾ ਤੁਹਾਡੇ ਤਾਂ ਉੱਥੇ ਆਏ ਜੀ ਪਹਿਲਾਂ ਸਿਮਰਨਜੀਤ ਮਾਨ ਆਏ ਡਸ ਕੇ। ਅੱਛਾ ਹਫ਼ਤਾ ਖੋ ਕੇ ਆ ਗਿਆ ਕੇ ਗਿਆ ਸੀ ਉਹ ਸਿਮਰਨਜੀਤ ਮਾਨ ਪਿੰਡ ਆ ਕੇ ਆ ਤੁਹਾਡੇ ਡਸ ਕੇ ਆ ਕੇ ਗਿਆ ਸਿਮਰਨਜੀਤ ਮਾਨ? ਮੇਰਾ ਵੀ ਡਸ ਕੇ ਆ। ਹਾਂ ਫਿਰ ਤੁਹਾਨੂੰ ਪਤਾ ਹੀ ਨਹੀਂ ਹੈਗਾ ਤੈਨੂੰ? ਹਾਂ ਮੰਡੀ 'ਚ ਮੈਂ ਭੈਣ ਸੀ ਨਾ, ਫਿਰ ਤੂੰ ਹੋਣਾ ਨਹੀਂ ਯਾਰ ਕੰਮ ਧੰਦਾ ਤਾਂ ਉਹਨੇ ਉਹਨੇ ਮੁੰਡਾ ਜਿਹੜਾ ਟ੍ਰੈਕਟ ਲੈ ਕੇ ਆ ਉਹ ਤਾਂ ਮੈਨੂੰ ਉਹ ਤਾਂ ਜਾਣਦਾ। ਹਾਂ 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 ਪੱਲੇ ਆ बड़ी स्लिप भी ना मारी कित। ठीक है इतने जमा नुकसान वा कर जमा थले लगी पी जी जमा
ਅੱਗੇ ਕਰ ਲਾ ਥੋੜੀ ਜੀ ਬਹੁਤ ਆ ਵਾਧੂ ਆ ਜਾਣੀ ਆਪਣੀ ਵਾਧੂ ਆ ਜਾਣੀ ਆਪਣੀ ਠੀਕ ਆ ਦਾਣਾ ਆਪਣੇ ਹਜੇ ਠੀਕ ਆ ਨਾ ਜਿਹੜੇ ਹਿਸਾਬ ਨਾਲ ਆਪਣੇ ਉਹ ਹੋਏ ਸੀ ਮਾਰ ਸੱਟ ਮਾਰ ਇਹਦੇ ਮੜੀ ਲੱਤ ਮਾਰ ਥੋੜ੍ਹੀ ਜੀ ਚੱਲ ਇੱਧਰ ਵੀ ਲੱਤ ਹੀ ਮਾਰ ਚੱਕ ਲਓ ਵੀ ਮਿੱਤਰੋ ਕਣਕ ਕੁਣਕ ਤਾਂ ਲਾਹ ਦੀ ਆ ਹੁਣ ਜਾਂਦੇ ਹਾਂ ਫਿਰ ਪਿੰਡ ਨੂੰ ਟਰਾਲੀ ਇੱਕ ਹੋਰ ਉੱਥੇ ਭਰੀ ਖੜੀ ਹੋਈ ਲਿਆਉਂਦੇ ਹਾਂ ਉਹ ਵੀ ਆਹ ਕਿਹੜਾ ਛਪਾਇਆ ਬੱਬੂ ਆਣਾ ਨਾ ਦੀਪ ਸਿੱਧੂ ਹੈ ਨਾ ਲਿਮਕੇ ਦੇ ਤੋਂ ਬੀਬੀ ਵਾਲੇ ਉਹਦਾ ਹੁਣ ਅਗਲੇ ਦੀ ਗਲਤੀ ਹੈ ਠੰਡੇ ਦੇ ਦੀ ਪੂਰੇ ਉਹ ਦੂਜੇ ਦੇ ਦੂਜੇ ਹੀ ਲੈ ਕੇ ਜਾਣੇ ਆ ਆਹ ਦੇ ਦੇ ਹਾਂ ਠੰਡੇ ਨੇ ਟਰਾਲੀ ਵੀ ਲਾਤੀ ਆਪਾਂ ਚੱਲਦੇ ਪਿੰਡ ਨੂੰ ਹੁਣ ਆਪਾਂ ਚੱਲੇ ਜੀ ਮੰਡੀ ਅਤੇ ਉਹ ਜਾਂਦਾ ਬੁਲਾਡੇ ਨੂੰ ਟਰੈਕਟਰ ਖਿਲਾਰਨ ਅਤੇ ਮੰਡੀ ਜਾ ਕੇ ਮਿਲਦੇ ਹਾਂਜੀ ਲਓ ਜੀ ਆਪਾਂ ਮੰਡੀ ਪਹੁੰਚ ਗਏ ਹਾਂ ਰਾਤ ਹਨੇਰੀ ਵਾ ਬਹੁਤ ਆਈ ਸੀ ਯਾਰ ਆਹ ਆਪਣੇ ਢੇਰੀ ਪਈ ਹੈ ਇੱਥੇ ਇੱਧਰ ਤਾਇਆ ਦਾ ਸੁੱਤੇ ਹੀ ਪਿਆ ਜੀ ਮੀਂਹ ਵਾਹ ਹੀ ਪੈ ਗਿਆ ਰਾਤ ਪਾਣੀ ਪੂਣੀ ਆ ਗਿਆ ਚਲੋ ਕੱਲ੍ਹ ਤਾਂ ਇਹਨਾਂ ਦੀ ਹਲੇ ਇਹਨਾਂ ਦੀ ਵੀ ਹੜਤਾਲ ਜੀ ਸੀਗੀ ਯਾਰ ਸੋ ਅੱਜ ਦੇਖੋ ਕੀ ਕਰਦੇ ਹਲ ਤਾਂ ਹੜਤਾਲ ਹੜਤੋਂ ਬਿਲਕੁਲ ਸੀ ਇਹਨਾਂ ਦੀ ਤਾਇਆ ਚਾਹ ਪੀਲਾ ਖੜਾ ਹੋਇਆ ਹੈ ਕਿਵੇਂ ਹਲ ਤੜਕੇ ਵਾਲੀ ਤੜਕੇ ਵਾਲੀ ਹੈ ਮਾਰ ਕਿਤੇ ਹੱਥ ਵਾਲੀ ਲੈ ਆ ਰਾਤ ਹਨੇਰੀ ਦਾ ਨਹੀਂ ਫਿਰ ਕਿਵੇਂ ਤੰਗ ਤੁੰਗ ਦਾ ਨਹੀਂ ਕੀਤਾ ਹੁਣ ਬਸ ਹੈਂ ਹੋਰ ਆਓ ਟੁੱਟ ਦੇਣੀ ਯਾਰ ਮੈਨੂੰ ਭੇਜਦਾ ਚੋਰਾਂ 'ਤੇ ਚੱਲੀ ਜਾਂਦਾ ਭਰਾਵਾ
ਪਹਿਲਾਂ ਤਾਂ ਇਹ ਵੀ ਹੜਤਾਲ ਕਰੀ ਬੈਠੇ ਜੀ ਇਹ, ਅੱਜ ਆਪਣਾ ਵੀ ਤੁਰ ਜੂਗੀ ਸ਼ਾਇਦ। ਅਤੇ ਆਪਾਂ ਚੱਲਦੇ ਹਾਂ ਬੁਲਾਡੇ, ਟਰੈਕਟਰ ਖਿਲਾਰਨ ਗਿਆ ਹੈ ਲੈ ਕੇ ਫਿਰ ਘਰੇ ਆਪਾਂ ਚੱਲਦੇ ਹਾਂ ਬੁਲਾਡੇ। ਰੋਟੀ ਲੱਗਿਆ ਜੀ ਖਾਣ, ਰੋਟੀ ਪਾਣੀ ਖਾ ਕੇ ਵਲੌਗ ਦੀ ਕਰਦੇ ਹਾਂ ਐਂਡਿੰਗ। ਵਧੀਆ ਲੱਗਦਾ ਲਾਈਕ ਮਿੰਟ ਸ਼ੇਅਰ ਕਰ ਦਿਓ। ਦੇਖ ਰਿਹਾ ਸਾਰਾ ਵਲੌਗ ਕਿਵੇਂ ਲੱਗਿਆ, ਘੈਂਟ ਲੱਗਿਆ? ਅਤੇ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ, ਆਪਣੇ ਇੱਕ ਕੇ ਕੰਪਲੀਟ ਹੋ ਗਏ ਅਤੇ ਆਪਣੇ ਆਪ ਵਾਚ ਟਾਈਮ ਰਹਿ ਗਿਆ, ਉਹ ਵੀ ਸਾਰਿਆਂ ਨੇ ਵੀਡੀਓ ਸ਼ੇਅਰ ਕਰੋ ਅਤੇ ਵਾਰੀ ਵਾਰੀ ਵੀਡੀਓ ਨੂੰ ਦੇਖੋ, ਵਾਈ ਟਾਈਮ ਆਊਗਾ ਅਤੇ ਆਪਾਂ ਘੈਂਟ ਵਲੌਗ ਲੈ ਕੇ ਆਉਂਦੇ ਰਹਾਂਗੇ। ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ।